ਇਮੀਡੀਏਟਲੀ ਨੋਟਿਸ ਕੱਢ ਕੇ ਇਹਨਾਂ ਨੂੰ ਉਦਾਂ ਦੀ ਜਗ੍ਹਾ ਤੇ ਭੇਜੋ ਜੇ ਕੋਈ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ, ਕੋਈ ਹੋਰ ਸਟਾਫ ਕੋਈ ਲੋਕਲ ਦੇ ਦਿਓ ਔਰ ਉਹਨਾਂ ਦਓ ਜਿੰਨੀ ਜ਼ਰੂਰਤ ਹੈ। ਕੰਪਿਊਟਰ ਟੀਚਰ ਬਿਲਕੁਲ ਨਾ ਹੋਣ, ਪਰਾਲੀ ਦੀ ਗਿਣਤੀ ਦੇ ਵੀ ਲਾਏ ਹੈ, ਉਹ ਇੱਕ ਵੱਖਰੇ ਨੇ, ਇਹ 200 ਵੱਖਰੇ ਨੇ। ਉਹ ਜਿਹੜਾ ਇਸ ਤਰ੍ਹਾਂ ਦੀ ਕਿ ਜਿੱਦਾਂ ਚੋਣ ਦੇ ਉੱਤੇ ਚੋਣ ਤੁਰੀ ਆ ਰਹੀ ਹੈ, ਜਿਵੇਂ ਪਹਿਲਾਂ ਲੋਕ ਸਭਾ ਦੀ ਹੋਣ, ਜਿਵੇਂ ਅਗਲੇ ਚੋਣ ਤੇ ਸਰਪੰਚ ਦੀ ਹੋਣਾ ਹੀ ਹੈ, ਜੂਨ ਦੀਆਂ ਇਲੈਕਸ਼ਨ ਮੁੱਕੀਆਂ ਨੇ, ਵੱਧ ਤੋਂ ਵੱਧ ਤੁਸੀਂ ਦੱਸ ਦਿਨ ਚ ਬਾਕੀ ਜਮ੍ਹਾਂ ਹੋ ਜਾਏਗਾ ਸਟਾਫ ਸਿਸਟਮ। ਸੋ ਬਾਕੀ ਹੋਰ ਸਟਾਫ ਨੂੰ ਲਾਉਣ, ਜਿੱਥੇ ਪਰਮਾਨੈਂਟ ਡਿਊਟੀ ਤੁਹਾਨੂੰ ਚਾਹੀਦੀ ਹੈ ਉਹਦੇ ਲਈ ਇਲੈਕਸ਼ਨ ਦੀ ਤੁਸੀਂ ਬੰਦਿਆ, ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਨੂੰ ਬੰਦੇ ਚਾਹੀਦੇ ਹੋਣਗੇ। ਇਲੈਕਸ਼ਨ ਕਮਿਸ਼ਨ ਡਿਸਟ੍ਰਿਕਟ ਨੂੰ ਲਿਖਣਾ, ਡਿਸਟ੍ਰਿਕਟ ਨੇ ਚੁੱਕ ਕੇ ਟੀਚਰ ਭੇਜਤੇ, ਔਰ ਉਹਦੇ ਚ ਹੋ ਸਕਦਾ ਕਿ। ਪਰ ਮੈਂ ਇਹ ਕਹਿਣਾ ਚਾਹੁੰਦਾ ਇਹ ਬੱਚਿਆਂ ਦੇ ਜਿਹੜੇ ਪੜ੍ਹਨ ਲਿਖਣ ਵਾਲੇ ਬੱਚੇ, ਖਾਸ ਕਰ ਗਰੀਬ ਦੇ ਬੱਚੇ, ਉਹਨਾਂ ਨਾਲ ਖਿਲਵਾੜ ਹੈ। ਪੇਪਰ ਕਰਾਉਣੀਆਂ ਨੇ 10 ਦਿਨ ਦਾ 15 ਦਿਨ ਦਾ ਪ੍ਰੋਸੈਸ ਹੁੰਦਾ, ਉਹ ਕਰ ਲਓ। ਪਰ ਜੇ ਤੁਸੀਂ 6-6 ਮਹੀਨੇ 8-8 ਮਹੀਨੇ ਟੀਚਰ ਐਬਸੈਂਟ ਰਹਿਣਗੇ, ਇਹ ਬਿਲਕੁਲ ਗਲਤ ਗੱਲ। ਜਗ੍ਹਾ ਹੈਗੇ ਜਿੱਥੇ ਟੀਚਰ, ਕਿਉਂਕਿ ਜਿਹੜੇ ਰੂਰਲ ਏਰੀਏ ਨੇ ਉੱਥੇ ਟੀਚਰ ਜਾਣ ਤੋਂ ਥੋੜਾ, ਕਿਉਂਕਿ ਦੂਰ ਹੁੰਦੇ ਨੇ, ਕਤਰਾਉਂਦੇ ਨੇ, ਔਰ ਸ਼ਹਿਰ ਦਾ ਇਹ ਹੈ ਕਿ ਸ਼ਹਿਰ 'ਚ ਤੁਹਾਨੂੰ ਹਾਊਸ ਰੈਂਟ ਵੀ ਮਿਲਦਾ ਹੈ। ਇਹ ਅੱਜ ਸਰਕਾਰ ਨੂੰ ਪਾਲਿਸੀ ਚੇਂਜ ਕਰਨੀ ਚਾਹੀਦੀ, ਜਿਹੜਾ ਟੀਚਰ ਜਿੰਨਾ ਦੂਰ ਜਾਵੇ ਸ਼ਹਿਰ ਤੋਂ ਉਹਨੂੰ ਉਨੇ ਪੈਸੇ ਵੱਧ ਮਿਲਣੇ ਚਾਹੀਦੇ, ਉਹਨਾਂ ਨੂੰ ਵੱਖਰਾ ਰੂਰਲ ਫੰਡ ਦੇ ਨਾਂ ਦੇ ਕੋਈ ਨਾ ਕੋਈ ਐਡਵਾਂਸ ਵੱਧ ਪੈਸੇ ਦੇਣੇ ਚਾਹੀਦੇ ਆ। ਜਿਹੜੇ ਸ਼ਹਿਰ 'ਚ ਕਰਦੇ ਆ ਉਹਨਾਂ ਦੀ ਜੋ ਜੋਬ ਉਹਦੀ। ਅਜੀਬ ਲੱਗਾ ਕਿ ਇੱਕ ਬੰਦਾ ਜਿਹੜਾ 2 ਵਾਰੀ ਮੰਤਰੀ ਰਿਹਾ ਹੋਵੇ, ਉਹ ਵੀ ਖਜ਼ਾਨਾ ਮੰਤਰੀ ਰਿਹਾ ਹੋਵੇ, ਔਰ ਹਮੇਸ਼ਾ ਹੀ ਉਹਨਾਂ ਨੇ ਸਰਕਾਰ ਦੇ ਵਿੱਚ ਰਹਿ ਕੇ ਸਰਕਾਰ ਦੀਆਂ ਪਾਲਿਸੀਆਂ ਬਣਾਈਆਂ ਵੀ ਅਤੇ ਉਹਨਾਂ ਲਾਗੇ ਹੋ ਕੇ ਵੇਖੀਆਂ ਵੀ ਨੇ। ਸਿਰਫ ਵੋਟਾਂ ਦੀ ਖਾਤਰ ਐਡਾ ਵੱਡਾ ਝੂਠ ਮਾਰ ਜਾਣਾ, ਮੈਨੂੰ ਨਹੀਂ ਸਮਝ ਲੱਗੀ ਕਿ ਉਹ ਬੰਦਾ ਕਿਸ ਜਗ੍ਹਾ 'ਤੇ ਮਿਨਿਸਟਰੀ, ਜਾਂ ਉਹਨੇ ਇਸ ਚੀਜ਼ ਨੂੰ ਸਮਝਿਆ ਨਹੀਂ, ਜਾਂ ਉਹਨੇ ਲੋਕਾਂ ਨੂੰ ਮੂਰਖ ਸਮਝਿਆ। ਅੱਜ ਦੇ ਯੁੱਗ ਦੇ ਵਿੱਚ ਕੋਈ ਬੰਦਾ ਵੀ ਮੈਰਿਟ ਕ੍ਰੋਸ ਨਹੀਂ ਕਰ ਸਕਦਾ, ਕੋਈ ਬੰਦਾ ਵੀ 2 ਨੰਬਰ ਕਿਸੇ ਦੇ ਨਹੀਂ ਵਧਾ ਸਕਦਾ। ਅੱਜ ਕੱਲ੍ਹ ਹਰ ਬੰਦੇ ਨੂੰ ਪਤਾ ਮੈਂ ਕਿੰਨੇ ਪੇਪਰ ਵਾਲਾ, ਮੇਰੇ ਤੋਂ ਵੱਧ ਨੰਬਰ ਲੈ ਕੇ ਕਿਸ ਤਰ੍ਹਾਂ ਬਹਿ ਗਿਆ, ਕਿਸ ਤਰ੍ਹਾਂ ਹੋ ਗਿਆ। ਉਹ ਬੜੇ ਮਤਲਬ ਬੜੇ ਵੱਡੇ ਦਿਲ ਨਾਲ ਕਹਿ ਰਹੇ ਆ, ਲਿਆਓ ਤੈਨੂੰ ਮੈਂ ਉੱਥੇ ਕਰਾ ਦਿਆਂ, ਰੇਲਵੇ 'ਚ ਜਿੰਨੇ ਕਹੋ ਕਰਾ ਦਿੰਦਾ, ITP ਜਿੰਨੇ ਕਰੋ ਕਹੋ ਕਰਾ ਲੈਂਦਾ, BSF ਜਿੰਨੇ ਕਹੋ ਕਰਾ ਲੈਂਦਾ। ਮੈਂ ਸਮਝਦਾ ਕਿ ਉਹਨਾਂ ਜਿਹੜੇ ਮਜਬੂਰ ਨੇ ਵਿਚਾਰੇ, ਜਿਹਨਾਂ ਨੂੰ ਜੋਬ ਚਾਹੀਦੀ ਆ, ਉਹਨਾਂ ਦਾ ਮਖੌਲ ਡਾਇਆ, ਪੰਜਾਬੀ 'ਚ ਕਹਿਣ ਨਾਲ ਸ਼ਰੇਆਮ ਮਖੌਲ ਡਾਇਆ, ਔਰ ਝੂਠ ਮਾਰਿਆ ਬਹੁਤ ਵੱਡਾ। ਔਰ ਇਹਦੇ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਮਨਪ੍ਰੀਤ ਜੀ, ਕਿਉਂਕਿ ਲੋਕ ਸਭ ਜਾਣਦੇ ਨੇ ਯੁੱਗ ਬਦਲ ਗਿਆ। ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀ ਬਦਲਾਅ ਦੇ ਨਾਂ 'ਤੇ ਸਰਕਾਰ ਬਣੀ ਸੀ ਉਦੋਂ ਲੋਕਾਂ ਨੇ ਕਿਸੇ ਨੂੰ ਨਹੀਂ ਸੀ ਵੇਖਿਆ, ਝੰਡੇ ਵੀ ਨਹੀਂ ਵੇਖੇ ਲੋਕਾਂ ਨੇ, ਥੱਲੇ ਵੋਟਾਂ ਬਦਲਤੀਆਂ ਸੀ। ਅਤੇ ਹੁਣ ਵੀ ਲੋਕਾਂ ਨੇ ਇਹ ਨਹੀਂ ਵੇਖਣਾ ਕਿ ਤੁਸੀਂ ਝੂਠ ਕਿੰਨਾ ਵੱਡਾ ਮਾਰਿਆ, ਤੁਸੀਂ ਕਿੰਨੇ ਬੰਦੇ ਤੁਹਾਡੇ ਸਾਹਮਣੇ, ਉਹਨਾਂ ਨੂੰ ਸਭਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਇੱਕ ਉਹਨਾਂ ਦੀ ਮਜਬੂਰੀ ਦਾ ਮਜ਼ਾਕ ਉਡਾਇਆ ਜਾ ਰਿਹਾ ਇੱਕ ਸਾਬਕਾ ਮੰਤਰੀ ਵੱਲੋਂ, ਇੱਕ ਜ਼ਿੰਮੇਵਾਰ ਬੰਦੇ ਵੱਲੋਂ। ਬੋਲੇ ਸਾਹਿਬ, ਅੱਜ ਤੁਸੀਂ ਏਅਰਪੋਰਟ ਅਥਾਰਟੀ ਦੀ ਇੱਕ ਮੀਟਿੰਗ ਕੀਤੀ ਸੀ, ਜੇ ਉੱਥੇ ਕੋਈ ਇੰਪੋਰਟੈਂਟ ਤੱਥ ਹੈਗੇ ਤਾਂ ਕਾਈਂਡਲੀ ਸਾਨੂੰ ਸ਼ੇਅਰ ਕਰ ਦਿਓ, ਕਿਉਂਕਿ ਡੈਂਸ ਫੋਕ ਕਰਕੇ ਵੀ ਇਸ 'ਤੇ ਵੀ ਚਰਚਾ ਹੋਈ, ਕਿਉਂਕਿ ਕਾਫੀ ਫਲਾਈਟਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ, ਜਾਂ ਕੋਈ ਹੋਰ ਇੰਪੋਰਟੈਂਟ ਇਸ਼ੂ। ਦੇਖੋ, ਏਅਰਪੋਰਟ 'ਤੇ ਅਸੀਂ ਇੱਕ ਜਨਰਲ ਰਿਵਿਊ ਕੀਤਾ, ਕਿਉਂਕਿ ਉੱਥੇ ਕਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ, ਅਸੀਂ ਤਕਰੀਬਨ ਮਹੀਨੇ 'ਚ 2 ਮਹੀਨੇ ਬਾਅਦ ਇੱਕ ਰਿਵਿਊ ਕਰਦੇ ਹੁੰਦੇ ਹਾਂ। ਉੱਥੇ ਜਿੱਥੇ ਸਫਾਈ ਦੇ ਇਸ਼ੂ ਸਨ ਉਹਨਾਂ ਦਾ ਧਿਆਨ ਲਿਆਂਦਾ, ਕੁਛ ਜਿਹੜੀ ਡਿਵੈਲਪਮੈਂਟ ਨਵੀਂ ਹੋਣ ਜਾ ਰਹੀ ਹੈ, ਜਿਵੇਂ ਅਸੀਂ ਸਾਰਾ ਫਲੋਰ ਚੇਂਜ ਕਰ ਲਈ ਆਖਿਆ ਸੀ, ਉਹਦੇ ਕੰਮ ਚੱਲ ਰਹੇ, ਉਹਦਾ ਰਿਵਿਊ ਕੀਤਾ। ਜਿਹੜਾ ਕਾਰਗੋ ਬਾਹਰ ਜਾ ਰਿਹਾ, ਅਸੀਂ ਨਵੀਂ ਮਸ਼ੀਨ ਉੱਥੇ ਇੰਸਟਾਲ ਕਰਾਈ ਹੈ, ਜਿਹੜੀ ਪਹਿਲੀ ਮਸ਼ੀਨ ਖਰਾਬ ਹੋ ਗਈ ਸੀ ਉਹ 2-3 ਮਹੀਨੇ ਲੱਗੇ ਸਾਨੂੰ ਉਸ ਕੰਮ ਲਈ, ਬੜੀ ਮਿਹਨਤ ਦੇ ਨਾਲ ਉਹ ਇੰਸਟਾਲ ਹੋ ਗਈ ਹੈ। ਉਹਨੇ ਇੰਗਲੈਂਡ ਤੋਂ ਇੱਕ ਜਿਹੜੀ ਉਹਨਾਂ ਦੀ ਉੱਧਰ ਦੀ ਜਿਹੜੇ ਅਧਿਕਾਰੀ ਨੇ, ਉਹਨਾਂ ਨੇ ਆ ਕੇ ਰਿਵਿਊ ਕਰਨਾ ਕਿ ਇਹ ਮਸ਼ੀਨ ਜਿਹੜੀ ਹੈ ਕੀ ਉਹਨਾਂ ਵਾਸਤੇ ਜਿਹੜਾ ਸਮਾਨ ਜਾਣਾ ਹੈ ਉਹਦੇ ਵਾਸਤੇ ਠੀਕ ਹੈ, ਉਹਨਾਂ ਸਰਟੀਫਾਈ ਕਰਨੀ, ਉਹਨਾਂ ਦਾ ਮੇਰਾ ਖਿਆਲ ਇਸ ਹਫ਼ਤੇ 'ਚ ਵਿਜਿਟ ਹੋ ਜਾਏਗੀ, ਉਹ ਅਸੀਂ ਸਮਰਪਿਤ ਕਰ ਦਿਆਂਗੇ। ਔਰ ਜਿਹੜਾ ਪੈਰੀਸ਼ੇਬਲ ਕਾਰਗੋ ਆ, ਜਿਹੜਾ ਖਾਸ ਕਰ ਵੈਜੀਟੇਬਲ ਜਾਣੀਆਂ ਨੇ, ਉਹਦਾ ਵੀ ਸਾਰਾ ਰਿਵਿਊ ਕੀਤਾ ਆ, ਔਰ ਕਾਫੀ ਵੈਜੀਟੇਬਲ ਜਿਹੜੇ ਸੀਜ਼ਨਲ ਜਾਂਦੀਆਂ ਨੇ। ਔਰ ਹੁਣ ਅਸੀਂ ਕਿਸਾਨ ਵੀਰਾਂ ਨੂੰ ਵੀ ਕਹਾਂਗੇ
ਜਿਹੜੇ ਉੱਦਮੀ ਵਪਾਰੀ ਬੰਦੇ ਉਹਨਾਂ ਨੂੰ ਵੀ ਕਹਾਂਗੇ ਕਿ ਸਾਡੇ ਕੋਲ ਸਾਰਾ ਪ੍ਰਬੰਧ ਹੈਗਾ, ਤੁਸੀਂ ਇੱਥੋਂ ਕਿਸੇ ਵੀ ਦੇਸ਼ ਵਾਸਤੇ ਵੈਜੀਟੇਬਲਸ ਪ੍ਰਬੰਧ ਕਰਕੇ ਭੇਜ ਸਕਦੇ ਜੀ, ਔਰ ਇਹਦਾ ਸਾਡੇ ਵਪਾਰ 'ਚ ਵੀ ਵਾਧਾ ਹੋਏਗਾ ਔਰ ਸਭਨਾਂ ਨੂੰ ਫਾਇਦਾ ਵੀ ਹੋਏਗਾ। ਦੂਸਰਾ, ਅਸੀਂ ਫਲਾਈਟਸ ਕਈ ਡੋਮੈਸਟਿਕ ਹੋਰ ਨਵੀਆਂ ਸ਼ੁਰੂ ਹੋ ਰਹੀਆਂ, ਇੱਕ ਬੰਬੇ ਦੀ ਹੋ ਰਹੀ ਹੈ, ਕੁਛ ਗੁਹਾਟੀ ਦੀ ਵੀ ਇਨਕੁਆਇਰੀ ਹੈ, ਅਲੱਗ ਅਲੱਗ ਜਿਹੜੇ ਤੀਰਥ ਸਥਲ ਨੇ ਉਹਨਾਂ ਦੇ ਫਲਾਈਟਾਂ ਦਾ ਵੀ ਸ਼ੁਰੂ ਹੋਣ ਦਾ ਜਿਹੜਾ ਉਹ ਟਾਈਮ ਟੇਬਲ ਆਏ ਨੇ, ਔਰ ਖਾਸ ਕਰ ਹਜ਼ੂਰ ਸਾਹਿਬ ਦੀ ਜਿਹੜੀ ਫਲਾਈਟ, ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ੍ਹ ਕਿਹਾ ਕਿ ਅਸੀਂ ਚਲਾਵਾਂਗੇ, ਬੜੇ ਚਿਰ ਦੀ ਮੰਗ ਸੀ ਸਾਡੀ, ਉਹਦੇ ਵਾਸਤੇ ਮੈਂ ਕਿਹਾ ਕਿਰਾਇਆ ਜਿਹੜਾ ਉਹ ਠੀਕ ਹੋਣਾ ਚਾਹੀਦਾ, ਕਿਉਂਕਿ ਪਿਛਲੀ ਵਾਰੀ ਕਿਰਾਇਆ ਬਹੁਤ ਜ਼ਿਆਦਾ ਕਰ ਦਿੱਤਾ ਗਿਆ ਸੀ ਅਪ ਡਾਊਨ ਦਾ, ਉਹ ਵੀ ਠੀਕ ਹੋਣਾ ਚਾਹੀਦਾ, ਉਹਦਾ ਟਾਈਮ ਟੇਬਲ ਜਿਹੜਾ ਉਹ ਠੀਕ ਹੋਣਾ ਚਾਹੀਦਾ। ਬੰਬੇ ਤੋਂ ਫਲਾਈਟ ਜਿਹੜੀ ਆਉਂਦੀ ਉਹਦਾ ਟਾਈਮ ਬਹੁਤ ਐਡਵਾਂਸ ਸੀ, ਹੁਣ ਨਵੀਂ ਜਿਹੜੀ ਕਾਸ਼ਾ ਦੀ ਫਲਾਈਟ ਉਹ ਸ਼ੁਰੂ ਹੋ ਰਹੀ ਹੈ, ਉਹ ਕਰੀਬ 8:30-8:30 ਵਜੇ ਬੰਬੇ ਤੋਂ ਚੱਲੇਗੀ ਅਤੇ 10:30 ਅੰਮ੍ਰਿਤਸਰ ਜਿਹੜੀ ਆ ਉਹ ਪਹੁੰਚ ਜਾ ਕਰੇਗੀ। ਇਹਦੇ ਨਾਲ ਬਹੁਤ ਫਰਕ ਪਏਗਾ, ਟੋਟਲ ਅੱਜ ਇਸ ਵੇਲੇ 34-35 ਫਲਾਈਟ ਜਿਹੜੀਆਂ ਨੇ ਉਹ ਅੰਮ੍ਰਿਤਸਰ ਆ ਰਹੀਆਂ ਨੇ, ਔਰ ਉਹਦੇ 'ਚ 9-10 ਜਿਹੜੀਆਂ ਨੇ ਇੰਟਰਨੈਸ਼ਨਲ ਨੇ ਔਰ ਬਾਕੀ ਡੋਮੈਸਟਿਕ ਨੇ। ਜਦੋਂ ਮੈਂਬਰ ਪਾਰਲੀਮੈਂਟ ਸੀ ਉਦੋਂ ਦਾ ਤੁਸੀਂ ਡਾਟਾ ਕੱਢ ਕੇ ਵੇਖ ਲਿਓ, ਉਦੋਂ ਮੁਸ਼ਕਿਲ ਦੇ ਨਾਲ ਤਿੰਨ ਚਾਰ ਮੁਸ਼ਕਿਲ ਦੇ ਨਾਲ ਇੰਟਰਨੈਸ਼ਨਲ ਹੁੰਦੀਆਂ ਸੀ ਅਤੇ 6-7 ਡੋਮੈਸਟਿਕ ਹੁੰਦੀਆਂ ਸੀ। ਅੱਜ ਤੁਹਾਡੇ ਸਹਿਯੋਗ ਦੇ ਨਾਲ, ਮਿਹਨਤ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਬਾਕੀ ਏਅਰਪੋਰਟ ਨੂੰ ਲੈ ਕੇ ਮੈਂ ਬਹੁਤ ਬਰਮਿੰਘਮ ਦੇ ਲੋਕ ਜਿਹੜੇ ਅੱਜ ਫਲਾਈਟ ਹੋਣ ਜਾਣੀ ਸੀ ਮਿਲੇ ਮੈਨੂੰ, ਜਿਹੜਾ ਉਹਦਾ ਲਾਂਚ ਜਿਹੜਾ ਆਪਣਾ ਸਾਡਾ ਇੰਟਰਨੈਸ਼ਨਲ ਲਾਂਚ ਕਹਿ ਲਓ ਜਾਂ ਜਿੱਥੋਂ ਪੈਸੰਜਰ ਜਾ ਕੇ ਬਹਿੰਦੇ ਨੇ ਫਲਾਈਟ ਤੋਂ, ਉਹ ਇੰਨੇ ਖੁਸ਼ ਸੀਗੇ। ਇਹੋ ਜਿਹੀ ਜਗ੍ਹਾ ਸਾਨੂੰ ਉਹਨਾਂ ਏਅਰਪੋਰਟਾਂ 'ਤੇ ਵੀ ਨਹੀਂ ਮਿਲਦੀ ਜਿਹੜੇ ਚਾਹੇ ਹੀਥਰੋ ਜਾਂਦੇ ਕਿਤੇ ਜਾਂਦੇ, ਕਿ ਇੰਨੀ ਲਗਜ਼ਰੀ ਜਗ੍ਹਾ, ਕਿਉਂਕਿ ਸਾਰੇ ਅਸੀਂ ਸੋਫੇ ਲਾਏ, ਕੋਈ ਚੇਅਰ ਨਹੀਂ, ਕਿ ਬੜੇ ਆਰਾਮ ਨਾਲ ਉੱਥੇ 2-4 ਘੰਟੇ ਤੁਸੀਂ ਜਿਵੇਂ ਇੱਕ ਲੌਂਜ ਦੇ ਵਿੱਚ ਬਿਜ਼ਨਸ ਕਲਾਸ ਦੇ ਤੁਸੀਂ ਸਫ਼ਰ ਕਰਨ ਵੇਲੇ ਜਾਂਦੇ ਜੇ, ਉਹੋ ਜਿਹਾ ਲੌਂਜ ਅਸੀਂ ਇਕੋਨਮੀ ਕਲਾਸ ਵਾਸਤੇ ਵੀ ਬਣਾਇਆ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਉਹ ਸਾਡਾ ਇੰਜੋਏ ਕਰਿਆ ਕਰੋ, ਇੰਟਰਨੈਸ਼ਨਲ ਫਲਾਈਟ ਇੱਥੋਂ ਲਿਆ ਕਰੋ, ਬਹੁਤ ਖੁਸ਼ ਗਏ। ਆਖਰੀ ਸਵਾਲ ਹੈ, ਚਲੋ ਪ੍ਰੈਸ ਕਾਨਫਰੰਸ ਇੰਪੋਰਟੈਂਟ ਹੋ ਗਈ, ਝੋਨੇ ਦੇ ਮੁੱਦੇ ਦੇ ਉੱਤੇ ਆ ਕਿ ਜੋ ਕਿਸਾਨਾਂ ਨੇ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਕੰਜਰ ਖੁਆਰੀ ਹੋਈ ਹੈ, ਪਲੱਸ ਰਵਨੀਤ ਬਿੱਟੂਆਂ ਦਾ ਜਿਹੜਾ ਬਿਆਨ ਆਇਆ ਕਿਸਾਨਾਂ ਦੇ ਮਾਮਲੇ 'ਚ, ਕਿ ਉਹਨਾਂ ਨੇ ਕਿਹਾ ਕਿ ਹੁਣ ਤਾਲਿਬਾਨ ਬਣਾਉਣਾ ਹੈ, ਇਸ ਨੂੰ ਕਿਵੇਂ ਦੇਖ ਲਿਆ? ਯਾਰ ਰਵਨੀਤ ਬਿੱਟੂ ਦੀ ਦੌੜ ਲੱਗੀ ਹੈ ਕਿ ਮੈਂ ਖਰੇ ਇੱਕ ਜਿਹੜਾ ਸੁਪਨਾ ਹੁੰਦਾ ਉਹਨੂੰ ਵੀ ਮੈਂ ਖਰੇ ਸਰ ਕਰ ਲਾਂ, ਰੋਜ਼ ਕੋਈ ਨਾ ਕੋਈ ਅਟਪਟੇ ਬਿਆਨ ਦੇ ਰਿਹਾ, ਉਹਦੇ 'ਤੇ ਬਹੁਤਾ ਤਵੱਜੋ ਦੇਣ ਦੀ ਮੇਰਾ ਖਿਆਲ ਆਪਾਂ ਨੂੰ ਲੋੜ ਨਹੀਂ ਹੈਗੀ। ਉਹਦਾ ਤਾਂ ਕੰਮ ਬਣ ਗਿਆ, ਉਹਨੇ ਰੋਜ਼ ਕੋਈ ਨਾ ਕੋਈ ਖਬਰਾਂ 'ਚ ਰਹਿਣ ਵਾਸਤੇ ਕੋਈ ਗੱਲ ਕਹਿਣੀ ਹੁੰਦੀ ਹੈ, ਉਹਦੇ 'ਤੇ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ। ਠੀਕ ਹੈ ਸਰ, ਥੈਂਕ ਯੂ।